ਸਤਿ ਸ਼੍ਰੀ ਅਕਾਲ ਏਐਨਵੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਸ਼ਪ੍ਰੀਤ ਕੌਰ ਸਵਾਗਤ ਕਰਦੀ ਹਾਂ। ਆਓ ਜਾਣਦੇ ਹਾਂ ਅੱਜ ਦੀ ਕੁਝ ਭਗਤੀ ਖਬਰਾਂ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ 3 ਵੱਡੀਆਂ ਰੈਲੀਆਂ ਕਰਨ ਜਾ ਰਹੇ ਹਨ। ਸ਼ੁੱਕਰਵਾਰ ਨੂੰ ਦਿੱਲੀ ਵਿਖੇ ਹੋਈ ਆਮ ਆਦਮੀ ਪਾਰਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ 20 ਜਨਵਰੀ ਨੂੰ ਬਰਨਾਲਾ, 28 ਜਨਵਰੀ ਨੂੰ ਗੁਰਸ਼ੰਕਰ ਅਤੇ ਨੇੜਲੇ ਇਲਾਕੇ ਵਿੱਚ ਅਤੇ 2 ਫਰਵਰੀ ਨੂੰ ਮਾਝੇ ਵਿੱਚ ਵੱਡੀ ਰੈਲੀ ਕਰਨਗੇ। ਜਲੰਧਰ ਦੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸੌਰ ਊਰਜਾ ਨਾਲ ਚੱਲਣ ਵਾਲੀ ਪਹਿਲੀ ਡਰਾਈਵਰਲੈਸ ਬੱਸ ਤਿਆਰ ਕੀਤੀ ਹੈ। ਆਉਣ ਵਾਲੀ 3 ਜਨਵਰੀ ਨੂੰ LPU ਵਿੱਚ ਆਯੋਜਿਤ ਹੋ ਰਹੀ ਇੰਡੀਅਨ ਸਾਇੰਸ ਐਗਜ਼ੀਬਿਸ਼ਨ ਵਿੱਚ ਬਤੌਰ ਮੁੱਖ ਮਹਿਮਾਨ ਭਾਗ ਲੈ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬੱਸ ਦੇ ਪਹਿਲੇ ਯਾਤਰੀ ਹੋਣਗੇ। ਚੰਡੀਗੜ੍ਹ ਦੇ ਪਿੰਡ ਮੰਡੌਲੀ ਕਲਾਂ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਕਲੱਬ ਵੱਲੋਂ 3 ਜਨਵਰੀ ਨੂੰ 5ਵਾਂ ਕਬੱਡੀ ਕੱਪ ਕਰਵਾਇਆ ਜਾਏਗਾ। ਕਲੱਬ ਦੇ ਪ੍ਰਧਾਨ ਪ੍ਰਦੀਪ ਸਿੰਘ ਮਾਨ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ ਜੇਤੂ ਟੀਮਾਂ ਨੂੰ ਪਹਿਲਾ ਇਨਾਮ 51,000 ਅਤੇ ਦੂਸਰਾ 41,000 ਰੁਪਏ, ਜਦਕਿ ਬੈਸਟ ਰੇਡਰ ਅਤੇ ਜਾਫੀ ਨੂੰ 31,000 ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਬੀਤੀ ਰਾਤ ਇੱਕ ਬੱਸ ਡਰਾਈਵਰ 'ਤੇ ਐਸਿਡ ਹਮਲਾ ਕੀਤਾ ਗਿਆ। ਹਮਲੇ ਵਿੱਚ ਡਰਾਈਵਰ ਦੇ ਚਿਹਰੇ 'ਤੇ ਐਸਿਡ ਦਾ ਸਪਰੇਅ ਕੀਤਾ ਗਿਆ। ਪੁਲਿਸ ਇਸ ਮਾਮਲੇ ਵਿੱਚ ਦੋਸ਼ੀ ਦੀ ਤਲਾਸ਼ ਕਰ ਰਹੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਵਿਦੇਸ਼ ਦਫ਼ਤਰ ਅਤੇ ਵਿਦੇਸ਼ ਵਿੱਚ ਤੈਨਾਤ ਅਧਿਕਾਰੀਆਂ ਨੂੰ ਸਰਗਰਮ ਅਧਿਕਾਰੀ ਕੂਟਨੀਤੀ ਰਾਹੀਂ ਕੌਮਦਾਰੀ ਪੱਥਰ 'ਤੇ ਪਾਕਿਸਤਾਨ ਦਾ ਅਕਸ ਵਧੀਆ ਬਣਾਉਣ ਦਾ ਆਦੇਸ਼ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ। ਨਵੀਆਂ ਅਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ। ਧੰਨਵਾਦ।